ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਟਾਈਮ ਕੱਢ ਕੇ ਇੱਥੇ ਆਏ ਹੋ, ਕਿਉਂਕਿ ਕੰਮ ਦਾ ਟਾਈਮ ਹੈਗਾ, ਸਵੇਰੇ ਸਵੇਰੇ ਜ਼ਿਮੀਂਦਾਰ ਨੇ ਖੇਤਾਂ 'ਚ ਜਾਣਾ, ਸਾਰੇ ਕੰਮ ਕਰਨੇ ਹੁੰਦੇ ਆ। ਸੋ ਅੱਜ ਸਾਡਾ, ਅਸੀਂ ਘਰੜਾ ਕੰਪਨੀ ਵੱਲੋਂ ਇੱਥੇ ਆਏ ਹਾਂ ਅਤੇ ਇੱਕ ਨਵੀਂ ਦਵਾਈ ਜਿਹਦੇ ਤੁਸੀਂ ਪੋਸਟਰ ਹੱਥ ਦੇ ਵਿੱਚ ਫੜੇ ਹੋਏ ਆ, ਨੇਤਾ ਜੀ, ਉਹਦਾ ਇਸ ਖੇਤ ਦੇ ਵਿੱਚ ਖੜੇ ਨੇ ਸਰਦਾਰ ਜੀ ਸਾਡੇ ਨਾਲ, ਭਾਅ ਜੀ ਇਹਨਾਂ ਨੇ ਆਪਣੇ ਖੇਤ ਦੇ ਵਿੱਚ ਕਿੰਨੇ ਟੋਟਲ ਕਿੰਨੇ ਖੇਤਾਂ 'ਚ ਕੀਤੀ ਹੈ ਜੀ? 5 ਕਿੱਲੇ ਜੀ। 5 ਕਿੱਲੇ ਦੇ ਵਿੱਚ ਇਹਨਾਂ ਨੇ ਇਹ ਨੇਤਾ ਜੀ ਦਵਾਈ ਕੀਤੀ। ਇਹਨਾਂ ਦੇ ਕਣਕ ਦੇ ਵਿੱਚ ਨਾ ਚੌੜੇ ਪੱਤਿਆਂ ਵਾਲੀ ਨਦੀਨਾਂ ਦੀ ਸਮੱਸਿਆ ਬਹੁਤ ਹੈ, ਜਿਵੇਂ ਤੁਸੀਂ ਦੇਖ ਰਹੇ ਹੋ, ਅਤੇ ਉਹ ਮਤਲਬ ਜਿਹੜੀਆਂ ਦਵਾਈਆਂ ਤੁਸੀਂ ਪਹਿਲਾਂ ਚੌੜੇ ਪੱਤਿਆਂ ਵਾਸਤੇ ਪਾਉਂਦੇ ਹੋਗੇ, ਜਿਵੇਂ 240 ਪਾਉਂਦੇ ਹੋ ਜਾਂ ਤੁਸੀਂ ਐਫੀਨਿਟੀ ਪਾਉਂਦੇ ਹੋ ਜਾਂ ਮੈਟਸਲਫਨ ਦਵਾਈਆਂ ਪਾਉਂਦੇ, ਉਹ ਦਵਾਈਆਂ ਪੁਰਾਣੀਆਂ ਹੋ ਚੁੱਕੀਆਂ, ਕੰਮ ਨਹੀਂ ਕਰ ਰਹੀਆਂ ਅਤੇ 1-2 ਤੋਂ ਜ਼ਿਆਦਾ ਚੌੜੇ ਪੱਤਿਆਂ ਨੂੰ ਮਾਰਦੀਆਂ ਨਹੀਂ। ਇਹਨਾਂ ਦੇ ਖੇਤ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ। ਇਹ ਨਵੀਂ ਦਵਾਈ ਘਰੜਾ ਜਿਹੜੀ ਹੈ ਨੇਤਾ ਜੀ ਲੈ ਕੇ ਆਈ ਜੀ, ਹਰ ਤਰ੍ਹਾਂ ਦਾ ਚੌੜੇ ਪੱਤਿਆਂ ਦਾ ਪੌਦਾ, ਮੈਂ ਨਦੀਨ ਨਹੀਂ ਕਹਿ ਰਿਹਾ, ਤੁਹਾਡੇ ਕਣਕ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਚੌੜੇ ਪੱਤਿਆਂ ਦਾ ਜਿਹੜਾ ਪੌਦਾ ਆ ਉਹਨੂੰ ਇਹ ਜਿਹੜਾ ਇਹਨੇ ਖਤਮ ਕਰ ਦੇਣਾ, ਔਰ ਕਣਕ ਨੂੰ ਕੁਝ ਨਹੀਂ ਕਹਿਣਾ। ਤੁਸੀਂ ਦੇਖ ਸਕਦੇ ਹੋ ਵੀ ਕਣਕ ਜਿਹੜੀ ਆ ਈਵਨ ਬਿਲਕੁਲ ਵਧੀਆ ਹੋ ਗਈ ਹੈ, ਟਿਲਰਿੰਗ ਲੈ ਲਈ ਇਹਨੇ, ਔਰ ਕਣਕ ਦੇਖਣ ਦੇ ਵਿੱਚ ਆਪਾਂ ਨੂੰ ਐਂ ਲੱਗ ਰਿਹਾ ਵੀ ਜਿਵੇਂ ਜ਼ਿਆਦਾ ਫੈਲ ਰਹੀ ਹੈ, ਅਤੇ ਉਹਦੇ ਨਾਲ ਕਣਕ ਦੀ ਜਿਹੜੀ ਹੈ ਪੈਦਾਵਾਰ ਵੀ ਆ ਉਹ ਵੀ ਵਧੇਗੀ। ਸੋ ਇਹਦੀ 200 ml ਪ੍ਰਤੀ ਕਿੱਲੇ ਦੀ ਜਿਹੜੀ ਇਹਦੀ ਡੋਜ਼ ਹੈਗੀ ਆ ਨੇਤਾ ਜੀ ਦੀ, ਪਹਿਲਾ ਪਾਣੀ ਲਾਉਣ ਤੋਂ ਬਾਅਦ, ਯਾਨੀ ਕਿ ਆਪਾਂ ਮੰਨ ਕੇ ਚੱਲੀਏ ਕਿ 30 ਦਿਨ ਤੋਂ ਲੈ ਕੇ 50 ਦਿਨ ਤੱਕ ਇਹ ਦਵਾਈ ਜਿਹੜੀ ਤੁਸੀਂ ਸਪਰੇਅ ਕਰਨੀ ਆ, ਅਤੇ ਹਰ ਤਰ੍ਹਾਂ ਦੇ ਚੌੜੇ ਪੱਤੇ ਜਿਵੇਂ ਪਾਲਕ ਹੈਗੀ ਆ, ਮੈਣਾ ਆ, ਬਾਥੂ ਆ, ਸਿੰਜੀ ਆ, ਬਟਨ ਬੂਟੀ ਹੈਗੀ ਆ, ਲੇਹ ਹੈਗੀ, ਹੋਰ ਮਤਲਬ ਜਿਹੜਾ ਵੀ ਚੌੜਾ ਪੱਤਾ ਹੈਗਾ ਇਹਨੇ ਖਤਮ ਕਰ ਦੇਣਾ। ਕੁਛ ਨਦੀਨ ਜਿਹੜੇ ਆ ਚੌੜੇ ਪੱਤਿਆਂ ਵਾਲੇ ਉਹ 5-6 ਦਿਨ ਬਾਅਦ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ, ਕੁਝ 10 ਦਿਨ ਬਾਅਦ, ਕੁਝ 15 ਦਿਨ ਬਾਅਦ, ਮਤਲਬ 20 ਦਿਨ ਤੋਂ 25 ਦਿਨ ਸਾਰੇ ਨਦੀਨ ਜਿਹੜੇ ਇਹਨੇ ਖਤਮ ਕਰ ਦੇਣੇ ਆ, ਔਰ ਜਿਹੜੇ ਨਦੀਨ ਖਤਮ ਹੋਣੇ ਉਹ ਦੁਬਾਰਾ ਉੱਠਣੇ ਨਹੀਂ ਹੈਗੇ, ਉਹ ਨਦੀਨ ਜਿਹੜੇ ਉਹ ਬਿਲਕੁਲ ਮਤਲਬ ਖਤਮ ਹੋ ਜਾਣੇ ਆ। ਆ ਤੁਸੀਂ ਦੇਖ ਰਹੇ ਹੋ, ਬਾਕੀ ਇਹ ਭਾਜੀ ਖੜੇ ਨੇ, ਇਹ ਤੁਹਾਨੂੰ ਦੱਸਦੇ ਵੀ ਇਹਨਾਂ ਨੇ 2 ਤਰੀਕ ਨੂੰ ਸ਼ਾਮ ਨੂੰ ਕੀਤੀ ਸੀ ਇਹਨਾਂ ਨੇ ਇਸ ਖੇਤ ਦੇ ਵਿੱਚ ਸਪਰੇਅ ਜਿਹੜੀ ਆ, ਤੇ ਹੁਣ ਅੱਜ ਤਰੀਕ ਹੋ ਗਈ ਆ ਜੀ 11 11 ਤਰੀਕ ਹੋ ਗਈ ਆ, ਅੱਜ ਦਾ ਤਾਂ ਹਜੇ ਬਾਹਰ ਹੀ ਹੈ ਜੀ, ਅੱਜ ਦਾ ਤੇ ਬਾਹਰ ਹੀ ਹੈਗੇ ਆਪਾਂ, ਮਤਲਬ ਹਾਂ ਆਪਾਂ ਮੋਟਾ ਜਿਹਾ ਮੰਨ ਕੇ ਚੱਲੀਏ 8 ਦਿਨ ਹੋਏ ਨੇ, 8 ਦਿਨ ਹੋਏ ਆ। ਸੋ ਤੁਸੀਂ ਦੱਸਿਓ ਜੀ ਕੀ ਫਰਕ ਨਜ਼ਰ ਆ ਰਿਹਾ ਤੁਹਾਨੂੰ ਜੀ ਇਹਦੇ ਵਿੱਚ? ਬਹੁਤ ਵਧੀਆ ਜੀ ਰਿਜ਼ਲਟ, ਬਹੁਤ ਸੋਹਣਾ ਰਿਜ਼ਲਟ ਤੇ ਸਹੀ। ਬਾਕੀ ਆਲਰੇਡੀ ਜਿਵੇਂ ਮੰਨ ਲਓ ਜਦੋਂ ਇਹ ਪਾਈ ਆ ਉਦੋਂ ਪਹਿਲਾਂ ਯੂਰੀਆ ਪਾਈ ਆ ਜੀ ਬੋਰੀ ਬੋਰੀ, ਹਾਂਜੀ ਪੂਰੀ ਤਾਕਤ ਦੇ ਕੇ ਮਾਰਿਆ ਜੀ, ਸੁੱਕਾ ਨਹੀਂ ਮਾਰਿਆ ਜਿਵੇਂ ਕਹਿ ਦਈਏ ਵਿਚਾਰੇ ਨੂੰ ਹੀ ਮਾਰਤਾ, ਹਾਂਜੀ ਪੂਰੀ ਤਾਕਤ ਦੇ ਕੇ ਮਾਰਿਆ, ਯੂਰੀਆ ਪਾਇਆ ਉਸ ਤੋਂ ਬਾਅਦ ਦਵਾਈ ਸਪਰੇਅ ਕੀਤੀ, ਸਪਰੇਅ ਕੀਤੀ ਹੈ ਜੀ। ਅੱਛਾ ਜੀ, ਤੇ ਸਪਰੇਅ ਨੇ ਵਧੀਆ ਰਿਜ਼ਲਟ ਦਿੱਤਾ ਜੀ। ਠੀਕ ਹੈ, ਮੇਰਾ ਜਿਵੇਂ ਆਮ ਅੱਗੇ ਜਿਵੇਂ 240 ਜਾਂ ਲਗ ਰੈਪ ਵਗੈਰਾ ਯੂਜ਼ ਕਰਦੇ ਸੀਗੇ, ਹਾਂਜੀ ਤੇ ਮੇਰਾ ਯਾਰ ਮਿੱਤਰ ਆ ਜੀ ਉਹ ਸੰਜੇਟਾ ਜਾਂ ਮੁੰਡਾ ਖੜਾ, ਹਾਂਜੀ ਇਹਨਾਂ ਨਾਲ ਮੈਂ ਗਾਈਡਨੈਂਸ ਕੀਤੀ ਵੀ ਕਰ ਗਏ, ਕਹਿੰਦੇ ਵੀ ਨੇਤਾ ਜੀ ਆਈ ਆ ਘਰੜਾ ਦੀ, ਕੋਸਟ ਜ਼ਿਆਦਾ ਵਾ, ਹਾਂਜੀ ਮੈਂ ਕਿਹਾ ਵੀ ਕੋਸਟ ਦਾ ਕੋਈ ਨਹੀਂ ਰਿਜ਼ਲਟ ਮਿਲਣਾ ਚਾਹੀਦਾ, ਉਹ ਕਹਿੰਦਾ ਵੀ ਠੀਕ ਆ ਫਿਰ ਪਾ ਲਾ ਵੀਰੇ, ਮੇਰੀ ਤਾਂ ਕੰਪਨੀ ਵੀ ਹੋਰ ਆ ਨਾਲੇ, ਤੇ ਇਹ ਜੀ 5 ਕਿੱਲੇ ਦੀ ਕੀਤੀ, 5 ਤੋਂ 5.25 ਤੇ ਪਈ ਹੈ ਜੀ, 2 ਕਨਾਲ ਤੇ ਵੱਧ ਪਈ ਆ, ਘੱਟ ਤੇ ਨਹੀਂ ਪਈ, ਯਾਨੀ ਥੋੜੀ ਜੀ ਤੁਸੀਂ ਮਤਲਬ ਘੱਟ ਹੀ ਪਾਈ ਆ, ਮਨ ਦੇ ਵਿੱਚ ਇਹ ਡਿਫਾਲਟ ਰਿਹਾ ਵੀ ਕਿਤੇ ਇਹ ਨਾ ਹੋਵੇ ਵੀ 240 ਵਾਂਗੂ ਜ਼ਿਆਦਾ ਨੱਪ ਦਵੇ ਤੇ ਮੁੜ ਕੇ ਲੋਟ ਨਾ ਆਵੇ, ਪਰ ਇਹਨੇ ਜਿੰਨਾ ਕਿ ਜਿਵੇਂ ਕੇਰਾਂ ਟਿਲਰਿੰਗ ਕਰਾਈ ਆ ਤੇ ਜਿਹੜੀ ਉਹ ਮਨ ਨੂੰ ਸੰਤੁਸ਼ਟੀ ਮਿਲੀ ਆ ਜੀ, ਬਹੁਤ ਵਧੀਆ ਕੀਤਾ, ਮਤਲਬ ਇਹਨੇ ਕਣਕ ਨੂੰ ਨੱਪਿਆ ਨਹੀਂ, ਧੱਕਾ ਨਹੀਂ ਮਾਰਿਆ, ਨਹੀਂ ਮਾਰਿਆ ਜੀ, ਮੰਨ ਲਓ ਰੁਪਈਏ ਦੇ ਵਿੱਚੋਂ 100% ਚੋਂ 5% ਝਟਕਾ ਕਹਿ ਸਕਦੇ ਆ, ਉਹਨਾਂ ਕੁ ਤਾਂ ਜ਼ਰੂਰੀ ਹੈ ਜੀ, ਇਹਨਾਂ ਜੇ ਦਿੱਤਾ ਤਾਂ ਉਹਨੇ ਵਧੀਆ ਕੀਤਾ ਜੀ ਇਹਨਾਂ, ਤੇ ਕਣਕ ਵਧੀਆ ਤੁਹਾਡੀ ਹੋ ਗਈ, ਹਾਂਜੀ। ਤੁਸੀਂ ਕੀ ਸਲਾਹ ਦਿੰਦੇ ਜਿੰਨੇ ਵੀ ਕਿਸਾਨ ਵੀਰ ਆਏ, ਵੈਸੇ ਤੇ ਦੇਖ ਹੀ ਰਿਹਾ ਤੁਹਾਡੇ ਖੇਤ ਦੇ ਵਿੱਚ ਰਿਜ਼ਲਟ? ਮੈਂ ਤਾਂ ਕਹਿੰਦਾ ਜੀ ਸਭ ਦੀਆਂ ਅੱਖਾਂ ਦੇ ਸਾਹਮਣੇ ਆ, ਮੇਰੇ ਤੇ ਭਰੋਸਾ ਕਦੋਂ ਕਰਨਾ ਜੀ, ਤੁਸੀਂ ਖੁਦ ਟਰਾਈ ਕਰੋ ਤੇ ਦੇਖੋ। 8 ਦਿਨ ਹੋਏ ਯੂਜ਼ ਕੀਤੀ ਨੂੰ, ਮੈਂ ਟਾਈਮ ਪੀਰੀਅਡ ਦੱਸ ਸਕਦਾ ਵੀ 8 ਦਿਨ, ਹਾਂ ਬਿਲਕੁਲ, ਹਾਲੇ ਇਹਦਾ ਅਸਰ ਸ਼ੁਰੂ ਹੀ ਹੋਇਆ ਤੇ ਅੱਜ ਤੋਂ 1 ਹਫਤੇ ਬਾਅਦ ਦੇਖੋਗੇ ਇਹ ਨਦੀਨ ਜਿਹੜੇ ਆ ਬਿਲਕੁਲ ਖਤਮ ਹੋ ਚੁੱਕੇ ਹੋਣਗੇ। ਸੋ
ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਹੋਰ ਬੇਨਤੀ ਕਰਦਾ ਕਿ ਜਿਵੇਂ ਤੁਸੀਂ ਰਿਜ਼ਲਟ ਦੇਖ ਰਹੇ ਹੋ ਤੁਸੀਂ ਆਪਣੇ ਖੇਤਾਂ 'ਚ ਵਰਤਣੀ ਆ, ਇੱਕ ਚੀਜ਼ ਜਿਹੜੀ ਆ ਤੁਸੀਂ ਬਹੁਤ ਰੱਖਿਓ ਵੀ ਜਿਹੜੇ ਖੇਤ 'ਚ ਕਰੋਗੇ ਇੱਕ ਥਾਂ 'ਤੇ ਨੁੱਕਰ 'ਚ ਇੱਕ ਮੰਜੀ ਦੋ ਮੰਜੀ ਜਗ੍ਹਾ ਛੱਡ ਦਿਆ ਜੇ, ਫਿਰ ਤੁਹਾਨੂੰ ਫਰਕ ਨਜ਼ਰ ਆਏਗਾ ਕਿ ਦਵਾਈ ਨੇ ਕੀ ਕੰਮ ਕੀਤਾ ਅਤੇ ਜਿੱਥੇ ਨਹੀਂ ਦਵਾਈ ਪਾਈ ਉੱਥੇ ਕੀ ਕੰਮ ਕੀਤਾ। ਠੀਕ, ਸੋ ਇਹ ਹੈਗਾ। ਬਾਕੀ ਤੁਸੀਂ ਖੇਤ ਦੇ ਵਿੱਚ ਆਪ ਖੜ੍ਹੇ ਹੋ, ਤੁਸੀਂ ਦੇਖ ਸਕਦੇ ਹੋ ਇੱਥੇ ਹਰ ਤਰ੍ਹਾਂ ਦੇ ਨਦੀਨ, ਕਿਉਂਕਿ ਇਹਨਾਂ ਦੀ ਇਹ ਜ਼ਮੀਨ ਵੀ ਮਾਮਲੇ ਵਾਲੀ ਜ਼ਮੀਨ ਹੈ। ਪਹਿਲੀ ਦਫ਼ਾ ਮੈਂ ਤਾਂ ਕਣਕ ਇਹਤੇ ਬਿਜਾਈ ਕੀਤੀ ਹੈ ਜੀ, ਕੋਈ ਪਹਿਲਾਂ ਤੋਂ ਨਹੀਂ ਕਰ ਰਿਹਾ, ਮੇਰਾ ਯਾਰ ਮਿੱਤਰ ਸੀ ਮੁੰਡਾ ਬਾਹਰ ਚੱਲ ਗਿਆ ਜੀ, ਉਹ ਦੇ ਕੇ ਗਿਆ ਵਾ, ਤੇ ਜੇ ਸਮੱਸਿਆ ਨਾ ਮਾਰਦੇ ਤੇ ਇਹ ਕਣਕ ਹੋਣੀ ਨਾ ਮੁਮਕਿਨ ਵਾਂਗੂ ਸੀਗਾ ਜੀ, ਮੈਨੂੰ ਲੱਗਦਾ ਸੀ। ਤੇ ਮੈਂ ਕਿਹਾ ਵੀ ਜਿਵੇਂ ਉਹਦੇ ਵੀਰ ਨਾਲ ਸ਼ੇਅਰ ਕੀਤੀ ਵੀ ਮੰਨ ਲਓ ਇਹ ਤੇ ਕੀ ਕੀਤਾ ਜਾਵੇ, ਕਿਉਂਕਿ ਮੈਨੂੰ ਸ਼ੌਂਕ ਲਾ ਲਓ ਸਾਰਾ ਕੁਝ ਲਾ ਲਓ ਵੀ ਮੈਨੂੰ ਨਵਾਂ ਨਵਾਂ ਕਰਨ ਦਾ ਮਨ 'ਚ ਚਾਹਨਾ ਰਹਿੰਦੀ ਆ, ਤੇ ਉਹਨੇ ਕਹਿਣ ਤੇ ਆਪਾਂ ਇਹ ਛੜਕੀ ਆ ਜੀ, ਕਿਉਂਕਿ ਜਿਹੜੀ ਕੋਸਟ ਤਾਂ ਜ਼ਿਆਦਾ ਪਊਗੀ ਜਦੋਂ ਮੰਨ ਲਓ ਰਿਜ਼ਲਟ ਲੈਣੇ, ਕੋਸਟ ਤਾਂ ਫਿਰ ਪਊਗਾ ਜੀ, ਜਿੱਥੇ ਮੰਨ ਲਓ ਹਲਕਾ ਪਊਗਾ ਤੇ ਉੱਥੇ ਵੀ ਪੈਂਦਾ ਜੀ। ਸੋ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ, ਜਿਵੇਂ ਭਾਜੀ ਦੱਸ ਹੀ ਰਹੇ, ਇਸ ਦਵਾਈ ਦਾ ਜਿਹੜਾ ਅਸਰ ਹੈ, ਆਮ ਤੌਰ ਤੇ ਕੁਝ ਦਵਾਈਆਂ ਹੁੰਦੀਆਂ ਨੇ ਜਿਹੜੇ ਚੌੜੇ ਪੱਤਿਆਂ ਨੂੰ ਮਾਰਦੀਆਂ ਨੇ, ਉਹ ਦਵਾਈਆਂ ਕੀ ਕਰਦੀਆਂ ਜ਼ਮੀਨ ਦੇ ਵਿੱਚ ਅਸਰ ਰੱਖਦੀਆਂ ਨੇ ਤੇ ਅਗਲੀ ਫਸਲ ਤੇ ਨੁਕਸਾਨ ਕਰਦੀਆਂ ਨੇ, ਅਗਲੀ ਫਸਲ ਚੌੜੇ ਪੱਤਿਆਂ ਵਾਲੀ ਤੁਸੀਂ ਬੀਜ ਨਹੀਂ ਸਕਦੇ। ਇਸ ਦਵਾਈ ਨੂੰ ਸਪਰੇ ਕਰਨ ਤੋਂ ਬਾਅਦ ਇਹਦੀ ਦਵਾਈ ਦਾ ਅਸਰ ਵੱਧ ਤੋਂ ਵੱਧ ਤੁਸੀਂ ਮੰਨ ਕੇ ਚੱਲੋ ਕਿ 20 ਦਿਨ ਇਹਦਾ ਅਸਰ ਜ਼ਮੀਨ 'ਚ ਰਹਿੰਦਾ, ਔਰ ਇਹ ਦਵਾਈ ਦੋ ਤਰੀਕੇ ਨਾਲ ਕੰਮ ਕਰਦੀ ਹੈ, ਪੱਤਿਆਂ ਰਾਹੀਂ ਵੀ ਕੰਮ ਕਰਦੀ ਤੇ ਜਿਹੜੀ ਦਵਾਈ ਜ਼ਮੀਨ 'ਚ ਡੇਗੀ ਜ਼ਮੀਨ ਤੋਂ ਚੜ ਜਾਣੀ ਹੈ, ਜੜ੍ਹਾਂ ਰਾਹੀਂ ਜਿਹੜੀ ਉਹ ਚੜ ਜਾਣੀ ਹੈ। ਸੋ 20 ਦਿਨ ਤੱਕ ਜ਼ਮੀਨ 'ਚ ਅਸਰ ਰਹਿੰਦਾ, ਉਸ ਤੋਂ ਬਾਅਦ ਅਸਰ ਇਹਦਾ ਖਤਮ ਹੋ ਜਾਂਦਾ। ਜਿਹੜੇ ਨਦੀਨ 20 ਦਿਨਾਂ ਦੇ ਅੰਦਰ ਅੰਦਰ ਨਵੇਂ ਪੁੱਗਣ ਰਹੇ ਆ ਉਹ ਵੀ ਨਹੀਂ ਉਗਣ ਦੇਣੇ, ਤੇ 20 ਦਿਨ ਬਾਅਦ ਮਿੱਟੀ 'ਚ ਅਸਰ ਖਤਮ ਹੋਣਾ, ਉਸ ਤੋਂ ਬਾਅਦ ਤੁਹਾਡੀ ਫਸਲ 'ਤੇ ਕੋਈ ਅਸਰ ਨਹੀਂ ਹੋਣਾ ਤੇ ਨਾ ਹੀ ਤੁਹਾਡੇ ਖੇਤ ਦੇ ਵਿੱਚ ਜਾ ਕੇ ਅਗਲੀ ਜਿਹੜੀ ਫਸਲ ਤੁਸੀਂ ਬੀਜਣੀ ਉਹਦਾ ਕੋਈ ਬੁਰਾ ਪ੍ਰਭਾਵ ਇਹਨੇ ਪਾਉਣਾ। ਸੋ ਇਹ ਨੇਤਾ ਜੀ ਦਵਾਈ ਜਿਹੜੀ ਆ 200 ml ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ, ਜਿੱਥੇ ਚੌੜੇ ਪੱਤਿਆਂ ਦੀ ਸਮੱਸਿਆ ਹੈਗੀ ਤੁਹਾਡੀ ਕਣਕ ਦੇ ਵਿੱਚ, ਉੱਥੇ ਤੁਸੀਂ ਇਹਨੂੰ ਜਿਹੜਾ ਸਪਰੇਅ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਆਏ ਹੋ। ਬਾਕੀ ਹੁਣ ਤੁਸੀਂ ਫਿਰ ਕੇ ਉਧਰਲੀ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਅਸਰ ਹੈਗਾ, ਜਿਵੇਂ ਵੱਟ ਦੇ ਉਧਰਲੀ ਸਾਈਡ ਦੇ ਉੱਤੇ ਵੀ ਕੁਛ ਨਦੀਨ ਹੈਗੇ, ਉੱਥੇ ਫੁਹਾਰਾ ਹੀ ਵੱਜਿਆ ਤੇ ਉੱਥੇ ਵੀ ਨਦੀਨ ਜਿਹੜੇ ਮਰਨੇ ਸ਼ੁਰੂ ਹੋ ਚੁੱਕੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।